जट्टां दी जड़ां च सरकार बह गई जिहड़ियां तेरे वर्गियां लंडियां बुच्चियां सानूं छेड़ां करन लग गईआं। लग गया रोंग नंबर। ओह थोनू थोड़ी क्या सोही साहब गुस्सा ना करियो गल है साहब नूं मैं पाउंड मंगले ते तेरे रिश्वत च साहब पता कौन हुंदा साहब जिहड़े रब ने स्पेशल कोठे च पड़ाए हुंदे आ ओह हुंदे आ। शंभू जी मैं गल बिल्कुल सही किया सरदार जी तुसीं सही टट्टू किया नाले सरदारियां कालियां बैंक वाले रोज साडे घरे आके साडियां सरदारियां लीरो लीर करदे आ। दादा सर ने कुड़ी दे ब्याह ते कर्जा चुकिया थी कहना के गवांडियां ने बंबू कर दिता मैं कार दूं हुण गवांडी तां हेलीकाप्टर देणगे बई तू अपनी कुड़ी नूं हवाई जहाज देंगा लफ्तांस वाला गुस्सा ना करियूं गल इक तू ऐ कर इहनूं इह वी दस दे भाई मेरे मुंडे दा रिश्ता टूट गया जे तेरा फिर भी नहीं सरदा फिर गल च ढोल पा ला आए कर गुरुद्वारे जाके ना अनाउंसमेंट करा दे ठीक है। हाँ हेलो भौंक मैं बोधी राम दी बोधी पट रहा घरे आके तेरे गुत पटूंगा हुण तू मेरी शक्ल देख के वर्त तोड़ने ना करो नहीं निकल बर्बादा दी पहाड़ वाली एडा बड़ा रोंग नंबर लादा दी गुस्सा ना करी गल इक ये की केस है जी। बस जी केस बिगड़े ही समझो करजे कुर्जे की गल तो मैं थोनू समझाई दी थी ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ ਪਹਿਲਾਂ ਤਾਂ ਉਹਦੇ ਕੋਲ ਵੀ ਇਹਦੇ ਜਿੰਨੀ ਜ਼ਮੀਨ ਸੀ ਬਾਅਦ ਚ ਉਹਦਾ ਲੱਗਿਆ ਸਹੀ ਨੰਬਰ ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ ਬਸ ਰੋਂਗ ਨੰਬਰ ਹੀ ਲਾਏ। ਨਾਨਕ ਦੁਖੀਆ ਸਭ ਸੰਸਾਰ ਕਿੰਨੇ ਹੋਏ ਲਾਲਾ ਜੀ 235 ਹੋ ਗਏ ਜੀ ਕੋਈ ਦੀ ਬਾਅਦ ਚ ਆ ਜਾਣਗੇ ਲਿਖ ਲਾਂਗੇ। ਨਹੀਂ ਨਹੀਂ ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ ਅੱਜ ਨਗਦ ਕੱਲ ਉਧਾਰ ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ। ਵੈਸੇ ਕਰਨਾ ਚਾਹੀਦਾ ਅਮਲ ਲਿਖੇ ਹੋਏ ਤੇ ਚਾਹੇ ਉਹ ਗੀਤਾ ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਵੇ ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ ਕੋਈ ਨਹੀਂ ਉਹ ਬਸ ਸਾਦੇ ਵੱਲ ਲਿਖ ਲਿਓ ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਿਡ ਫੀਲਿੰਗ ਲਪਾਤਾ ਫੇਸ ਮੇਰੇ ਸਕੇ ਯਾਰ ਹੈਂਗਰ ਲਾਟਰੀ ਜਿੰਦਾਬਾਦ ਮਾਫੀ ਜੀ ਕੀ ਆ ਓਏ ਓਏ ਤਾਂ ਫਿਸ਼ ਫਾਰ ਵਾਈਫ ਆ ਭਾਬੀ ਲਈ ਫਿਸ਼ ਭਾਬੀ ਲਈ ਓਏ ਵੈਰੀ ਗੁੱਡ ਵੈਰੀ ਨਾਈਸ ਹਸ ਵੈਂਡਰ ਸੱਪ ਸੱਪ ਬੈਠ ਬੈਠ ਲਪੜਿਆ ਗਲਾਸੀ ਓਏ ਦੋ ਚੀਜ਼ਾਂ ਜੱਟ ਮੰਗਦਾ ਫਾ ਜੱਟ ਮੰਗਦਾ ਸਲਫਾਸ ਜੱਟ ਮੰਗਦਾ ਦਿਸ ਐਂਡ ਦੈਟ ਹੁਣ ਹੁਣ ਜਾਂ ਬੈਂਕ ਵਾਲੇ ਨਹੀਂ ਜਾਂ ਫਿਰ ਮੈਂ ਨਹੀਂ ट्रैक्टर चकनू फिरदिया यार जट दा हाथ लागे दिखाउण जे दिल्ली दियां कुर्सियां ना पलटा के रख दियां। हैंगर लिया भी मित्र प्यारिया चाह दा कप आ एक चाह किथे इथे सोही साहब मैं सवेरे चाह दा समान दे गया सी सोही साहब भुखो भुखो सोही दे जखमां दे नूण ओ किस्मत दी माड़ी लिखदी पैरी रब ने। लो दसो जी रब हुण इन्ना वेला भी बह के किस्मतां लिखदा फिर ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜਡੀ ਤੇ ਲਾਫਟਰ ਲਿਖਦੇ ਨੇ। ਜਾ ਲਓ ਜੀ ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਠੀਕ ਹੈ। ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ ਚਿੱਠੀਆਂ ਚੁੱਠੀਆਂ ਤੇ ਅੱਜ ਕੱਲ ਲਿਖਦਾ ਕੋਈ ਨਹੀਂ ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ ਇੱਕ ਹੋਰ ਚਿੱਠੀ ਆਉਂਦੀ ਹੈ ਉਹਤੇ ਲਿਖਿਆ ਹੁੰਦਾ ਟੂ ਸਤਨਾਮ ਵਾਹਿਗੁਰੂ ਫਰੋਮ ਵਾਲੇ ਦਾ ਨਾਂ ਪਤਾ ਹੀ ਨਹੀਂ ਹੁੰਦਾ ਉੱਥੇ ਯਾਰ ਫਰੋਮ ਸਤਨਾਮ ਵਾਹਿਗੁਰੂ। ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ ਕਰਨਾ ਕੀ ਹੈ ਪੀਪਾ ਜਿਹਾ ਲਾਇਆ ਹੋਇਆ ਕੋਰੇ ਚ ਪਾ ਕੇ ਰੱਖ ਦੀ ਜੇ ਬਸ ਕਦੇ ਉਹ ਚਿੱਠੀ ਪੜ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ ਚ ਇਮਾਨਦਾਰ ਹੈ ਲਾਟਰੀ ਭਾਈ ਸਾਹਿਬ ਗਲਤ ਕੰਮ ਨਹੀਂ ਕਰਦਾ ਉਹ ਬੇੜਾ ਬਹਿ ਗਿਆ ਉਹ ਕਿਸੇ ਦਾ ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ ਉਹ ਦੇਖ ਲੋ ਤੁਹਾਨੂੰ ਆਪਣੇ ਜਿੱਜੇ ਦਾ ਰੋਜ਼ ਕੋਈ ਸਮਾਨ ਚੱਕ ਲੈ ਜਾਂਦਾ ਲੱਭ ਜੂ ਲਾਟਰੀ ਦੇਖ ਲੋ ਤੁਹਾਨੂੰ ਮੈਂ
ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ, ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦੇ। ਚੰਗਾ ਜੀ ਆਓ। ਮਤਲਬ ਮਤਲਬ ਮਾਸਟਰ ਕੀ ਕਹਿੰਦਾ ਜਾਂਦਾ ਜਾਂਦਾ ਦੱਸ ਦੱਸ ਇਹਨੂੰ। ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ, ਐ ਨੀ ਸੁਧਰਨਾ ਸੱਪ ਨੇ। ਅੱਛਾ ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ। ਯੈਸ ਯੈਸ ਠੀਕ ਹੈ। ਓ ਮਾਸਟਰ ਓ ਤੂੰ ਮੇਰੀ ਘਰ ਵਾਲੀ ਦੀ ਮੱਛੀ ਖਾ ਗਿਆ।